ਮੈਂ ਵੀ ਗੱਠਾਂ ਦਾ ਭਰਿਆ ਟਰਾਲਾ ਬਈ ਪਲਟ ਜਾਣਾ ਸੀ ਬਚਤ ਰਹਿ ਗਈ ਟਰੈਕਟਰ ਦਾ ਵੀ ਬਹੁਤ ਨੁਕਸਾਨ ਹੋ ਜਾਣਾ ਸੀ ਅਤੇ ਮੁੰਡਾ ਇਹ ਥੋੜ੍ਹਾ ਜਿਹਾ ਨਵਾਂ ਸੀ ਧੱਕਾ ਕਰ ਗਿਆ ਅਤੇ ਆਹ ਦੇਖੋ ਟਰੈਕਟਰ ਆਹ ਮੁੰਡਾ ਜਿਹੜਾ ਬਿਠਾਇਆ ਆਪਾਂ ਉਦੋਂ ਬਾਅਦ ਇਹਨੂੰ ਪਹਿਲਾਂ ਹੀ ਕਿਹਾ ਸੀ ਵੀ ਰੇਸ਼ਮ ਨੂੰ ਬਿਠਾ ਦੇ ਰੇਸ਼ਮ ਆ ਮੁੰਡਾ ਬਾਈ ਪੱਕੇ ਵਾਲਾ ਅਤੇ ਬਹੁਤ ਤਕੜਾ ਡਰਾਈਵਰ ਆ ਬਾਈ ਸਿਰਾ ਡਰਾਈਵਰ ਆ ਜਮਾਂ ਅਤੇ ਇਸ ਬਾਈ ਨੂੰ ਜਦੋਂ ਬਿਠਾਇਆ ਫਿਰ ਇਹ ਕੱਢਣ ਲੱਗਿਆ ਟਰੈਕਟਰ ਅਤੇ ਇਹਨੂੰ ਪਹਿਲਾਂ ਹੀ ਕਿਹਾ ਸੀ ਵੀ ਰੇਸ਼ਮ ਨੂੰ ਫੜਾ ਦੇ ਉਦੋਂ ਮੰਨੀ ਨਹੀਂ ਉਹ ਕਹਿੰਦਾ ਨਹੀਂ ਮੈਂ ਲੈ ਜੂੰਗਾ ਅਤੇ ਨੁਕਸਾਨ ਕਰ ਦਿੰਦੇ ਕਈ ਵਾਰ ਧੱਕਾ ਬਈ ਨੁਕਸਾਨ ਕਰ ਜਾਂਦਾ ਧੱਕਾ ਨਹੀਂ ਕਰਨਾ ਚਾਹੀਦਾ ਆਹ ਦੇਖੋ ਤੁਸੀਂ ਆਪ ਹੀ ਦੇਖੋਗੇ ਆ ਮੁੰਡੇ ਦੀ ਡਰਾਈਵਰੀ ਅਤੇ ਸਿਰਾ ਗੱਲਬਾਤ ਆ ਬਈ ਜਮਾਂ ਡਰਾਈਵਰੀ 'ਚ ਕਿੰਨੇ ਵਧੀਆ ਤਰੀਕੇ ਨਾਲ ਅਤੇ ਨਾਲੇ ਟਰੈਕਟਰ ਨੂੰ ਪਤਾ ਨਹੀਂ ਲੱਗਣ ਦੇਣਾ ਇਹਨੇ ਹੈ ਨਾ ਕਿਵੇਂ ਟਰੈਕਟਰ ਕੱਢੂਗਾ ਇੱਥੋਂ ਤੁਸੀਂ ਆਪ ਦੇਖੋਗੇ ਪੂਰੀ ਵੀਡੀਓ ਐਂਡ ਤੱਕ ਦੇਖ ਲਿਓ ਤੁਹਾਨੂੰ ਪਤਾ ਲੱਗੂ ਟਰੈਕਟਰ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਣ ਦਿੰਦਾ ਨਾਲੇ ਫੁੱਲ ਵੱਜਣਾ ਟਰੈਕਟਰ ਦੇ ਵਿੱਚ ਕਸੂਤਾ ਰਾਹ ਪੂਰਾ ਮੋੜ ਹੈ ਪਰਲੇ ਪਾਸੇ ਵੀ ਪੁਲੀ ਹੈ ਜਿੱਧਰ ਟਰਾਲੀ ਦਾ ਟਾਇਰ ਆਉਣਾ ਅਤੇ ਇੱਧਰ ਵੀ ਪੁਲੀ ਹੈ ਅਤੇ ਫਿਰ ਵੀ ਟਰੈਕਟਰ ਨੂੰ ਇੰਨੇ ਆਰਾਮ ਦੇ ਨਾਲ ਕੱਢ ਕੇ ਲੈ ਗਿਆ ਇਹ ਅਤੇ ਬਿਲਕੁਲ ਵੀ ਮਹਿਸੂਸ ਨਹੀਂ ਹੋਣ ਦੇਣਾ ਵੀ ਟਰੈਕਟਰ ਦਾ ਜ਼ੋਰ ਲੱਗਿਆ ਜਾਂ ਨਹੀਂ ਲੱਗਿਆ ਅਤੇ ਤੁਹਾਡੇ ਸਾਹਮਣੇ ਹੈ ਕਿੰਨੇ ਆਰਾਮ ਦੇ ਨਾਲ ਕੰਮ ਕਰ ਰਿਹਾ ਦੇਖੋ ਜਲਦਬਾਜ਼ੀ ਬਿਲਕੁਲ ਵੀ ਕਰਦਾ ਕਿਉਂਕਿ ਬਾਈ ਆਪਾਂ ਜਦੋਂ ਇੱਥੇ ਘਬਰਾ ਜਾਂਦੇ ਹਾਂ ਨਾ ਧੱਕਾ ਕਰਦੇ ਹਾਂ ਅਤੇ ਉਦੋਂ ਨੁਕਸਾਨ ਹੋਣ ਦਾ ਖਤਰਾ ਵੱਧ ਰਹਿੰਦਾ ਹਾਂ ਦੇਖੋ ਜੇ ਤੁਸੀਂ ਆਰਾਮ ਨਾਲ ਕੰਮ ਕਰੋਗੇ ਤਾਂ ਕਦੇ ਵੀ ਨਹੀਂ ਹੁੰਦਾ ਬਹੁਤ ਤਰੀਕਾ ਹੀ ਹੁੰਦਾ ਬਈ ਇੱਕ ਨਾ ਤਕਨੀਕ ਹੁੰਦੀ ਹੈ ਜਿਹੜਾ ਬੰਦਾ ਜਿਹੜਾ ਕੰਮ ਕਰਨ ਲੱਗ ਜਾਵੇ ਉਹਨੂੰ ਉਸ ਕੰਮ ਦਾ ਤਰੀਕਾ ਆ ਜਾਂਦਾ ਕਿੰਨੇ ਕਸੂਤਾ ਟਰਾਲਾ ਲਿਆ ਹੋਵੇ ਬੰਦੇ ਨੇ ਕਦੇ ਅੱਜ ਤੱਕ ਟਰਾਲਾ ਨਹੀਂ ਛੱਡਿਆ 4 ਸਾਲ ਤਾਂ ਆਪਣੇ ਨਾਲ ਬਈ ਇਹਨੂੰ ਚੱਲਦੇ ਨਹੀਂ ਹੋਵੇ ਗੱਠਾਂ ਵਾਲਿਆਂ 'ਤੇ ਕੰਮ 'ਤੇ ਅਤੇ ਕਦੇ ਇਹੋ ਜਿਹਾ ਕੰਮ ਨਹੀਂ ਹੋਇਆ ਵੀ ਕਦੇ ਇਹਦਾ ਟਰਾਲਾ ਪਲਟ ਗਿਆ ਹੋਵੇ ਪਰਮਾਤਮਾ ਦੀ ਮਿਹਰ ਨਾਲ ਜਾਂ ਕੋਈ ਉਹਨੂੰ ਕਿਉਂਕਿ ਜੇ ਧੱਕਾ ਵੀ ਕਰਦਾ ਤਾਂ ਉਸ ਜਗ੍ਹਾ ਦੇ ਉੱਤੇ ਧੱਕਾ ਕਰਦਾ ਇਹ ਬਾਈ ਜਿੱਥੇ ਇਹਨੂੰ ਪਤਾ ਲੱਗੇ ਵੀ ਇਹ ਕੰਮ ਧੱਕੇ ਵਾਲਾ ਵੀ ਜ਼ੋਰ ਨਾਲ ਲਿਜਾਊਗਾ ਪਰ ਜਿੱਥੇ ਰਿਸਕ ਹੈ ਜਿਵੇਂ ਇੱਥੇ ਪੂਰਾ ਆਹ ਦੇਖ ਟਾਇਰ ਜਿਹੜਾ ਵੱਡਾ ਟਾਇਰ ਹੈ ਪੁਲੀ ਦੇ ਉੱਤੇ ਹੈ ਜੇ ਇੱਥੇ ਜ਼ਿਆਦਾ ਹੋਏ ਤਾਂ ਪੁਲੀ ਵੀ ਟੁੱਟ ਸਕਦੀ ਹੈ ਕਿਉਂਕਿ ਵਜਨ ਦਾ ਕੰਮ ਆ ਪਰ ਬਹੁਤ ਤਰੀਕੇ ਦੇ ਨਾਲ ਇਹ ਟਰੈਕਟਰ ਕੱਢੂਗਾ ਬਈ ਤੁਹਾਡੇ ਸਾਹਮਣੇ ਹੈ ਹੁਣ ਇੱਕ ਅੱਧੇ ਸਕਿੰਟ ਦੀ ਗੱਲ ਇਹ ਟਰੈਕਟਰ ਦੇਖੋ ਤੁਹਾਨੂੰ ਸਿੱਧਾ ਪਹੀ ਦੇ ਉੱਤੇ ਕਰਕੇ ਖੜਾ ਦੂਗਾ ਟਰੈਕਟਰ ਅਤੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਸਿੱਟਿਆ ਸੀ ਟਰੈਕਟਰ ਦਾ ਕਿੱਡਾ ਵੀ ਨੁਕਸਾਨ ਹੋ ਸਕਦਾ ਸੀ ਹੁੱਕ ਟੁੱਟ ਸਕਦੀ ਸੀ ਕੋਈ ਹੋਰ ਵੀ ਨੁਕਸਾਨ ਹੋ ਸਕਦਾ ਸੀ ਅਤੇ ਇਹਨਾਂ ਨੇ ਫਿਰ ਅਗਲੇ ਦਿਨ ਤਾਂ ਟਰਾਲਾ ਇਹ ਪਲਟਾ ਹੀ ਦਿੱਤਾ ਸੀਗਾ ਇਸੇ ਮੋੜ ਦੇ ਉੱਤੇ ਦੂਜੇ ਦਿਨ ਇਹਨੇ ਟਰਾਲਾ ਮੁੱਦਾ ਮਾਰਤਾ ਅਤੇ ਆਹ ਤੁਹਾਡੇ ਸਾਹਮਣੇ ਦੇਖੋ ਵੀ ਬੈਕ ਵੀ ਉਹ ਕਹਿੰਦਾ ਮੈਨੂੰ ਬੁਲਾਓ ਨਾ ਜਿਹੜੇ ਪਾਸੇ ਰੌਲਾ ਪਾਉਂਦੇ ਆ ਕਹਿੰਦਾ ਵੀ ਤੁਸੀਂ ਨਾ ਬੋਲੋ ਮੈਂ ਆਪਣੇ ਆਪ ਦੇ ਦਿਮਾਗ ਨਾਲ ਆਪਦੇ ਤਰੀਕੇ ਨਾਲ ਲੈ ਕੇ ਜਾਊਂਗਾ ਕਹਿੰਦਾ ਮੈਨੂੰ ਤੁਸੀਂ ਟੋਕੋ ਨਾ ਆਹ ਦੇਖੋ ਉਹ ਮਾਰਿਆ ਬਈ ਟਰਾਲਾ ਉਹ ਚੜਾਤਾ ਸਿੱਧਾ ਪਹੀ ਦੇ ਉੱਤੇ ਇਹ ਹੁੰਦੀ ਆ ਬਈ ਡਰਾਈਵਰੀ ਗੇਅਰ ਪਾਉਣਾ ਅਤੇ ਰੇਸ਼ ਦੇਣੀ ਹੈ ਨਾ ਸਟੇਅਰਿੰਗ ਸੰਭਾਲਣਾ ਹਰੇਕ ਦੇ ਬੱਸ ਦਾ ਰੋਗ ਨਹੀਂ